ਹੁਣ ਜਿਹੜਿਆਂ ਨੇ ਆਪਣੇ ਮਤਲਬ ਬੱਸਾਂ ਦੇ ਉੱਤੇ ਆਉਣਾ ਉਹਨਾਂ ਨੇ ਕੀ ਕਰਨਾ ਹੰਡਿਆਏ ਉੱਤੇ ਤੇ ਅਰਦਾਸ ਕਰਵਾਉਣ ਵਾਸਤੇ ਨਾ ਐਂ ਕਾਪੀ ਦੇ ਨਾਮ ਲਿਖਿਆ ਜਾਂਦਾ ਕਿਹੜੇ ਦਿਨ ਕਾਪੀ ਦੇ ਉੱਤੇ ਨਾਮ ਲਿਖ ਕੇ ਨਹੀਂ ਅਰਦਾਸ ਕਰਾਈ ਜਾਂਦੀ ਠੀਕ ਆ ਐਤਵਾਰ ਨੂੰ ਸਿਰਫ ਉਹਨਾਂ ਬੰਦਿਆਂ ਦੇ ਨਾਮ ਲਿਖੇ ਜਾਂਦੇ ਨੇ ਜਿਹੜੇ ਇੱਥੇ ਲਾ ਲਓ ਵੀ ਇੰਨਾ ਕੁ ਡੱਬਾ ਇੱਥੇ ਇੱਕ ਦਿਨ ਦੇ ਵਿੱਚ ਚੜ ਜਾਂਦਾ ਤੇ ਕਿੰਨੇ ਕੁ ਲੋਕ ਤੜਕੇ ਆ ਕੇ ਇੱਥੇ ਲਓ ਜੀ ਹੁਣ ਤੁਸੀਂ ਬੋਰਡ ਦੇਖ ਰਹੇ ਹੋ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੁੰਗ ਠੀਕ ਆ ਜੀ ਇਹ ਬੋਰਡ ਜਿਹੜਾ ਲੱਗਿਆ ਹੋਇਆ ਬਠਿੰਡਾ ਬਰਨਾਲਾ ਰੋਡ 'ਤੇ ਲੱਗਿਆ ਹੋਇਆ ਬਹੁਤ ਲੋਕਾਂ ਦੇ ਕਮੈਂਟ ਆਏ ਸੀ ਵੀ ਇਹ ਗੁਰਦੁਆਰਾ ਸਾਹਿਬ ਕਿੱਥੇ ਪੈਂਦਾ ਜੀ ਅੜੀਸਰ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਫੇਮਸ ਅਤੇ ਹਰਿਮੰਦਰ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਸੰਗਤ ਆਉਂਦੀ ਆ ਜੀ ਇੱਥੇ ਗੁਰਦੁਆਰਾ ਅੜੀਸਰ ਸਾਹਿਬ ਦੇ ਵਿੱਚ ਅਤੇ ਇਹ ਜਿਹੜਾ ਰੋਡ ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਤੁਹਾਨੂੰ ਮੈਂ ਬੋਰਡ ਦਿਖਾਇਆ ਸੀ ਨਾ ਬੋਰਡ ਉਹ ਸਾਹਮਣੇ ਲੱਗਿਆ ਹੋਇਆ ਆਹ ਵਾਲਾ ਹੁਣ ਜਿਹੜੀ ਆਹ ਤੁਸੀਂ ਸੜਕ ਦੇਖ ਰਹੇ ਹੋ ਇਹ ਬਠਿੰਡਾ ਬਰਨਾਲਾ ਰੋਡ ਆ ਜੀ ਇੱਧਰਲੇ ਪਾਸੇ ਪੈ ਜਾਂਦਾ ਹੰਡਿਆਇਆ ਹੰਡਿਆਏ ਤੋਂ ਅੱਗੇ ਆ ਜਾਂਦਾ ਬਰਨਾਲਾ ਠੀਕ ਆ ਅਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਇੱਧਰਲੇ ਪਾਸੇ ਜਾਂਦੀ ਆ ਸੜਕ ਬਠਿੰਡੇ ਨੂੰ ਮੇਨ ਨਿਸ਼ਾਨੀ ਦੱਸ ਦਿੰਦਾ ਮੈਂ ਜਿਹੜੇ ਭਾਈ ਲੋਕ ਸੈੱਲ ਫਾਉਂਦੇ ਨੇ ਆਪਦੀਆਂ ਗੱਡੀਆਂ 'ਤੇ ਆਉਂਦੇ ਨੇ ਮੋਟਰਸਾਈਕਲਾਂ ਦੇ ਉੱਤੇ ਆਉਂਦੇ ਨੇ ਇਹ ਤਾਂ ਗੁਰਦੁਆਰਾ ਸਾਹਿਬ ਦਾ ਇੱਧਰ ਮੇਨ ਡਿਊਟੀ ਆ ਮੇਨ ਗੇਟ ਲੱਗਿਆ ਹੋਇਆ ਜਿੱਥੇ ਲਿਖਿਆ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਪੈ ਜਾਂਦਾ ਕੋਠੇ ਚੁੰਗ ਲਿਖਿਆ ਹੋਇਆ ਅਤੇ ਨਾਲ ਲਿਖਿਆ ਹੋਇਆ ਧੌਲਾ ਇਹ ਵਿੱਚ ਵਿਚਾਲੇ ਜੇ ਪੈਂਦਾ ਹੱਦ ਲੱਗਦੀ ਹੈ ਇਹਦੇ ਨਾਲ ਕੋਠੇ ਚੁੰਗ ਦੇ ਨਾਲ ਵੀ ਧੌਲੇ ਦੇ ਨਾਲ ਵੀ ਹੰਡਿਆਏ ਦੇ ਨਾਲ ਵੀ ਠੀਕ ਆ ਜਿਹੜੇ ਬੰਦੇ ਸੈੱਲ ਫਾਉਂਦੇ ਨੇ ਉਹ ਤਾਂ ਬਠਿੰਡਾ ਬਰਨਾਲਾ ਰੋਡ ਆ ਇੱਥੇ ਫੈਕਟਰੀ ਆਊਟਲੈਟ ਬਣਿਆ ਹੋਇਆ ਜੀ ਇੱਕ ਬਹੁਤ ਤਕੜਾ ਜਿਹਨੂੰ ਕਿ ਮਿੰਨੀ ਕਨੇਡਾ ਵੀ ਕਹਿੰਦੇ ਨੇ ਹਾਂ ਇੱਥੇ ਇੱਕ ਫੈਕਟਰੀ ਆਊਟਲੈਟ ਬਣਿਆ ਹੋਇਆ ਬਹੁਤ ਵੱਡਾ ਅਤੇ ਜਿਹਨੂੰ ਕਿ ਆ ਮਿੰਨੀ ਕਨੇਡਾ ਵੀ ਕਹਿੰਦੇ ਨੇ ਠੀਕ ਆ ਉੱਥੇ ਸ਼ੋਪਿੰਗ ਸੈਂਟਰ ਬਣਿਆ ਹੋਇਆ ਉਹਦੀ ਨਿਸ਼ਾਨੀ ਰੱਖ ਸਕਦੇ ਹੋ ਇੱਧਰਲੇ ਪਾਸੇ ਹੈਗਾ ਜੀ ਆਪਣਾ ਬੀ ਪੀ ਹੰਡਿਆਇਆ ਭਾਰਤ ਪੈਟਰੋਲੀਅਮ ਦਾ ਇੱਧਰਲੇ ਪਾਸੇ ਬਣਿਆ ਹੋਇਆ ਪੰਪ ਪੈਟਰੋਲ ਪੰਪ ਉਹਦੇ ਬਿਲਕੁਲ ਵਿਚਾਲੇ ਬੋਰਡ ਲੱਗਿਆ ਹੋਇਆ ਜੀ ਆਹ ਵਾਲਾ ਠੀਕ ਆ ਬਸ ਤੁਸੀਂ ਨਿਗਾਹ ਰੱਖਿਓ ਬਠਿੰਡਾ ਆ ਜਿਹੜੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਨਾ ਆਪਣੇ ਆਹ ਦੇਖੋ PV32 ਜਿਹੜਾ ਨੰਬਰ ਹੈ ਇਹ ਨਵੇਂ ਸ਼ਹਿਰ ਦਾ ਨੰਬਰ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਉਂਦੇ ਹਾਂ ਹਰਿਮੰਦਰ ਸਾਹਿਬ ਤੋਂ ਬਾਅਦ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਢੁੱਕਣ ਵਾਲੀ ਜਗ੍ਹਾ ਬਣ ਗਈ ਜੀ ਸੰਗਤਾਂ ਦੀ ਇਹ ਇੱਥੇ ਇੰਨੇ ਕੁ ਮਤਲਬ ਇਕੱਠ ਹੁੰਦਾ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ ਹੁਣ ਅਤੇ ਇਹ ਤੁਹਾਨੂੰ ਜਿਹੜੇ ਬੰਦੇ ਸੈੱਲ ਫਾਉਂਦੇ ਨੇ ਉਹਨਾਂ ਵਾਸਤੇ ਰਾਹ ਦੱਸਿਆ ਠੀਕ ਆ ਮੇਨ ਰੋਡ ਤੋਂ ਜਿਹੜੇ ਬੰਦੇ ਬੱਸਾਂ 'ਤੇ ਆਉਂਦੇ ਨੇ ਉਹਨਾਂ ਵਾਸਤੇ ਵੀ ਤੁਹਾਨੂੰ ਆਪਾਂ ਜਗ੍ਹਾ ਦਿਖਾਉਂਦੇ ਹਾਂ ਵੀ ਉਹ ਕਿੱਥੋਂ ਆ ਸਕਦੇ ਨੇ ਅਤੇ ਇਹ ਸਾਰੀ ਰੋਡ ਜਿਹੜੀ ਜਾਂਦੀ ਆ ਜੀ ਗੁਰਦੁਆਰਾ ਅੜੀਸਰ ਸਾਹਿਬ ਨੂੰ ਜਾਂਦੀ ਆ ਠੀਕ ਆ ਇਹ ਬਸ ਮੈਂ ਤੁਹਾਨੂੰ ਇਹ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਸੰਗਤਾਂ ਦੇ ਬਹੁਤ ਲੋਕਾਂ ਦੇ ਕਮੈਂਟ ਆ ਰਹੇ ਸੀਗੇ ਕਿਹੜੀ ਜਗ੍ਹਾ ਦੇ ਵਿੱਚ ਪੈਂਦਾ ਗੁਰਦੁਆਰਾ ਸਾਹਿਬ ਠੀਕ ਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਉਂਦੀ ਆ ਜੀ ਜੇ ਤੁਸੀਂ ਲਾਓ ਨਾ ਹਿਸਾਬ ਤਾਂ ਐਤਵਾਰ ਨੂੰ ਕਿਹਾ ਜਾਂਦਾ ਕਿ ਲੱਖ ਦੇ ਨੇੜੇ ਤੇੜੇ ਬੰਦਾ ਢੁੱਕਦਾ ਜੀ ਆਏ ਐਤਵਾਰ ਠੀਕ ਆ ਜੀ ਅਤੇ ਲੋਕਾਂ ਨੇ ਅੱਡ ਅੱਡ ਦਿਨ ਵੀ ਬੰਨੇ ਹੋਏ ਨੇ ਅਤੇ ਗੁਰਦੁਆਰਾ ਅੜੀਸਰ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਆ ਠੀਕ ਆ ਉਹ ਸਾਰੀ ਵੀਡੀਓ ਆਪਾਂ ਪਹਿਲਾਂ ਵੀ ਅਪਲੋਡ ਕੀਤੀ ਹੋਈ ਆ ਬਾਕੀ ਤੁਹਾਨੂੰ ਮੈਂ ਇਤਿਹਾਸ ਵੀ ਦੱਸ ਦੂੰਗਾ ਅਤੇ ਰਾਹ ਤੁਹਾਨੂੰ ਮੈਂ ਐਤਕੀ ਜਮ੍ਹਾਂ ਚੰਗੀ ਤਰ੍ਹਾਂ ਕਲੀਅਰ ਕਰ ਦੂੰਗਾ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਰਾਹ ਨਹੀਂ ਥੋੜ੍ਹਾ ਜਿਹਾ ਕਲੀਅਰ ਕੀਤਾ ਇਤਿਹਾਸ ਆਪਾਂ ਦੱਸਤਾ ਸੀ ਅਤੇ ਹੁਣ ਤੁਹਾਨੂੰ ਰਾਹ ਵੀ ਕਲੀਅਰ ਕਰ ਦਾਂਗੇ ਠੀਕ ਆ ਨਹੀਂ ਤਾਂ ਤੁਸੀਂ ਜਿਹੜੇ ਭਾਈ ਦੂਜੇ ਬੰਦੇ ਨੇ ਜਿਨ੍ਹਾਂ ਨੇ ਡਾਇਰੈਕਟ ਪਤਾ ਹੁੰਦਾ ਵੀ ਕਿਵੇਂ ਆਪਾਂ ਰਾਹ ਲੱਭ ਸਕਦੇ ਹਾਂ ਉਹ ਤਾਂ ਚਾਹੇ ਗੂਗਲ 'ਤੇ ਮੈਪ ਲਾ ਕੇ ਆ ਜਾ ਕਰਨ ਠੀਕ ਆ ਬਾਕੀ ਪਰ ਆਪਾਂ ਜਿਹੜੇ ਬੰਦੇ ਬੱਸਾਂ 'ਤੇ ਆਉਣ ਵਾਲੇ ਨੇ ਉਹ ਕਿਵੇਂ ਆ ਸਕਦੇ ਨੇ ਉਹ ਸਾਰਾ ਤੁਹਾਨੂੰ ਆਪਾਂ ਹੁਣ ਦੱਸ ਦਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਹ ਦੇਖੋ ਥਾਂ ਥਾਂ ਦੇ ਉੱਤੇ ਨਾ ਬੋਰਡ ਵੀ ਲੱਗੇ ਹੋਏ ਨੇ ਹੁਣ ਆਹ ਜਿਹੜੇ ਪਿੰਡ ਵਿੱਚ ਦੀ ਆਪਾਂ ਲੰਘ ਰਹੇ ਹਾਂ ਇੱਥੇ ਵੀ ਉਹਨਾਂ ਨੇ ਮਤਲਬ ਪੂਰੇ ਬੋਰਡ ਲਾਏ ਹੋਏ ਨੇ ਵੀ ਲੋਕ ਉਲਝਣ ਨਾ ਇੱਕ ਬੋਰਡ ਤਾਂ ਮੈਂ ਤੁਹਾਨੂੰ ਪਿੱਛੇ ਦਿਖਾ ਤਾ ਆਹ ਹੁਣ ਕਿਸੇ ਦਾ ਘਰ ਆ ਤਾਂ ਇਹਦੇ ਉੱਤੇ ਵੀ ਦੇਖੋ ਸਾਹਮਣੇ ਆਹ ਬੋਰਡ ਲੱਗਿਆ ਹੋਇਆ ਹੁਣ ਤੁਹਾਨੂੰ ਆਪਾਂ ਦੱਸਿਆ ਵੀ ਜਿਹੜੀ ਸੰਗਤ ਨੇ ਸੈੱਲ ਫਾਉਣਾ ਨਾ ਉਹ ਕਿਵੇਂ ਆ ਸਕਦੀ ਆ ਠੀਕ ਆ ਉਹ ਸਾਰਾ ਰਾਹ ਤੁਹਾਨੂੰ ਸਮਝਾ ਤਾ ਹੁਣ ਜਿਹੜੀ ਸੰਗਤ ਨੇ ਬੱਸਾਂ ਦੇ ਉੱਤੇ ਆਉਣਾ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਆ ਠੀਕ ਆ ਬੱਸਾਂ 'ਤੇ ਜਿਹੜੀ ਸੰਗਤ ਨੇ ਆਉਣਾ ਉਹ ਤੁਹਾਨੂੰ ਮੈਂ ਰਾਹ ਦੱਸਦਾ ਅਤੇ ਏਰੀਆ ਦੱਸਦਾ ਉਹਨਾਂ ਨੇ ਕਿੱਥੇ ਉਤਰਨਾ ਕਿੱਥੋਂ ਬੱਸ ਫੜਨੀ ਆ ਅਤੇ ਕਿੱਥੋਂ ਤੁਸੀਂ ਹੰਡਿਆਏ ਦੇ ਵਿੱਚ ਮਤਲਬ ਹਨਾ ਕਿੱਥੋਂ ਤੁਸੀਂ ਆਟੋ ਫੜਨਾ ਉਹ ਸਾਰਾ ਤੁਹਾਨੂੰ ਮੈਂ ਹੁਣ ਦਿਖਾਉਣਾ ਇੱਥੇ ਹੁਣ ਦੇਖੋ ਆਹ ਜਿਹੜੀ ਸੜਕ ਜਾਂਦੀ ਆ ਬੋਰਡ ਲੱਗਿਆ ਹੋਇਆ ਸਾਹਮਣੇ ਗੁਰਦੁਆਰਾ ਅੜੀਸਰ ਸਾਹਿਬ ਠੀਕ ਆ ਇਹ ਸੜਕ ਜਾਂਦੀ ਆ ਗੁਰਦੁਆਰੇ ਨੂੰ ਅਤੇ ਜਿਹੜੀ ਇਹ ਸੜਕ ਜਾਂਦੀ ਆ ਨਾ ਇਹ ਜਾਂਦੀ ਆ ਹੰਡਿਆਏ ਨੂੰ ਹੰਡਿਆਇਆ ਸ਼ਹਿਰ ਵੀ ਕਾਫੀ ਵੱਡਾ ਉੱਥੇ ਇੱਥੇ ਦੇਖੋ ਇੱਥੇ ਹੀ ਬੋਰਡ ਲੱਗਿਆ ਹੋਇਆ ਗੁਰਦੁਆਰਾ ਸੋਹੀਆਣਾ ਸਾਹਿਬ ਇਹਦਾ ਮਤਲਬ ਇਤਿਹਾਸ ਵੀ ਆਪਣੇ ਗੁਰਦੁਆਰਾ ਅੜੀਸਰ ਸਾਹਿਬ ਦੇ ਨਾਲ ਜੁੜਦਾ ਠੀਕ ਆ ਪਰ ਇੱਥੇ ਗੁਰਦੁਆਰਾ ਸੋਹੀਆਣਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਘੋੜਾ ਬੰਨਿਆ ਸੀ ਕਰੀਰ ਦੇ ਰੁੱਖ ਦੇ ਨਾਲ ਠੀਕ ਆ ਹੁਣ ਜਿਵੇਂ ਆਹ ਦੇਖੋ ਆਟੋ ਗਿਆ ਨਾ ਜਿਹੜਾ ਹੁਣ ਸੰਗਤਾਂ ਦੇ ਨਾਲ ਭਰਿਆ ਹੋਇਆ ਠੀਕ ਆ ਇੱਕ ਆ ਦੂਜਾ ਆਟੋ ਗਿਆ ਇਹ ਵੀ ਸਾਰੀ ਸੰਗਤ ਭਾਈ ਅੜੀਸਰ ਜਾਣ ਵਾਲੀ ਆ ਮਤਲਬ ਇਹ ਅੜੀਸਰ ਤੋਂ ਵਾਪਸ ਆ ਰਹੀ ਆ ਠੀਕ ਆ ਹੁਣ ਜਿਹੜਿਆਂ ਨੇ ਆਪਣੇ ਮਤਲਬ ਬੱਸਾਂ ਦੇ ਉੱਤੇ ਆਉਣਾ ਉਹਨਾਂ ਨੇ ਕੀ ਕਰਨਾ ਹੰਡਿਆਏ ਉੱਤਰ ਜਾਣਾ ਹੰਡਿਆਏ ਤੋਂ ਚੱਲਦੇ ਨੇ ਆਟੋ ਠੀਕ ਆ ਆਟੋ ਕਿੰਨੇ ਰੁਪਏ ਲੈਂਦੇ ਨੇ ਆਟੋ 20 ਰੁਪਏ ਲੈਂਦਾ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਦੀ ਬੱਸ ਵੀ ਹੈਗੀ ਅੱਛਾ ਠੀਕ ਆ
ਤੇ ਹੁਣ ਸੁੱਖੀ ਨੂੰ ਮੈਂ ਤਾਂ ਪੁੱਛਦਾ ਕਿਉਂਕਿ ਇਹ ਇਹਦਾ ਏਰੀਆ ਇੱਥੇ ਇਹਦਾ ਨੇੜੇ ਪਿੰਡ ਹੈ, ਇਹਨੂੰ ਸਾਰਾ ਪਤਾ ਇੱਥੋਂ ਦਾ, ਇਹ ਆਉਂਦੇ ਜਾਂਦੇ ਰਹਿੰਦੇ ਨੇ ਇਹਦੇ ਪਿੰਡ ਦੇ ਲੋਕ ਵੀ ਤਾਂ ਠੀਕ ਆ। ਹੁਣ ਹੰਡਿਆਏ ਤੋਂ ਜਦੋਂ ਤੁਸੀਂ ਉਤਰੋਗੇ, ਇਹ ਸਾਰੀ ਸੜਕ ਹੰਡਿਆਏ ਸ਼ਹਿਰ ਨੂੰ ਜਾਂਦੀ ਆ, ਹੰਡਿਆਏ 'ਚ ਮੇਨ ਚੌਂਕ ਬਣਿਆ ਹੋਇਆ, ਪੁਲ ਦੇ ਥੱਲੇ ਤੁਸੀਂ ਉਤਰਦੇ ਹੋ, ਉੱਥੋਂ ਤੁਸੀਂ ਕੀ ਲੈਣਾ, ਆਟੋ ਲੈ ਲੈਣਾ। ਆਟੋ ਜਿਹੜਾ ਹੁਣ ਤੁਹਾਨੂੰ ਦੋ ਦਿਖਾਏ ਨੇ ਹਨਾ, ਭਰੇ ਹੋ ਗਏ ਨੇ, 20 ਰੁਪਏ ਪਰ ਸਵਾਰੀ ਲੈਣਗੇ। ਇੱਥੋਂ ਕਿੰਨੇ ਕਿਲੋਮੀਟਰ ਪਊਗਾ? ਠੀਕ ਆ, ਹੰਡਿਆਏ ਜਦੋਂ ਤੁਸੀਂ ਉਤਰਦੇ ਹੋ ਨਾ, ਹੰਡਿਆਏ ਤੋਂ 5 ਕਿਲੋਮੀਟਰ ਪੈ ਜੂਗਾ, ਤੁਸੀਂ ਆਟੋ ਫੜੋਗੇ, 20 ਰੁਪਏ ਪਰ ਪਰਸਨ ਲਊਗਾ। ਸਾਹਮਣੇ ਗੁਰਦੁਆਰਾ ਅੜੀਸਰ ਸਾਹਿਬ ਨੂੰ ਸੜਕ ਜਾਂਦੀ ਆ, ਤੁਹਾਨੂੰ ਇੱਧਰ ਛੱਡ ਆਉਣਗੇ। ਬਾਕੀ ਇੱਥੇ ਬੱਸਾਂ ਵੀ ਚੱਲਦੀਆਂ ਨੇ ਗੁਰਦੁਆਰੇ ਵਾਲਿਆਂ ਦੀਆਂ, ਠੀਕ ਆ, ਉਹਦਾ ਪਰ ਕੋਈ ਪ੍ਰੋਪਰ ਟਾਈਮ ਨਹੀਂ ਹੈਗਾ। ਕਈ ਵਾਰ ਉਹ ਜ਼ਿਆਦਾ ਭਰ ਜਾਂਦੀ ਹੈ, ਘੱਟ ਭਰ ਜਾਂਦੀ ਹੈ, ਜਾਂ ਫਿਰ ਉਹ ਆਪਦੀ ਮਰਜ਼ੀ ਦੇ ਨਾਲ ਚੱਲਦੀਆਂ ਨੇ, ਸੇਵਾਕਾਰ ਸੇਵਾ ਉਹ ਫ੍ਰੀ ਦੇ ਵਿੱਚ ਆ, ਪਰ ਬੋਰਡ ਥਾਂ ਥਾਂ ਦੇ ਉੱਤੇ ਲੱਗੇ ਹੋਏ ਨੇ। ਹੁਣ ਆਪਾਂ ਇਹ ਪਿੰਡ ਵਿੱਚ ਦੀ ਆਏ ਹਾਂ ਹਨਾ, ਵੈਸੇ ਲੋਕ ਕੰਧਾਂ ਦੇ ਉੱਤੇ ਆਪਾਂ ਕੋਈ ਸਟਿੱਕਰ ਪੋਸਟਰ ਲਾਉਣ ਨਹੀਂ ਦਿੰਦੇ, ਪਰ ਮੈਂ ਦੇਖਿਆ ਕਿ ਲੋਕਾਂ ਦੀ ਸੇਵਾ ਹੀ ਹੈ ਕਿ ਹਰੇਕ ਘਰ ਦੇ ਬਾਹਰ ਨਾ ਉਹਨਾਂ ਨੇ ਆਪਦੇ ਘਰਾਂ ਦੇ ਬਾਹਰ ਲਿਖ ਕੇ ਲਾਇਆ ਪਿਆ ਵੀ ਗੁਰਦੁਆਰਾ ਅੜੀਸਰ ਸਾਹਿਬ ਦਾ ਇੱਧਰ ਨੂੰ ਪਾਸੇ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ, ਠੀਕ ਆ। ਹੁਣ ਤੁਸੀਂ ਜਿਹੜੀ ਸੰਗਤ ਇੱਧਰੋਂ ਆ ਰਹੀ ਆ ਨਾ, ਸਾਰੀਆਂ ਅੜੀਸਰ ਵਾਲੀਆਂ ਨੇ, ਕਿਉਂਕਿ ਨੰਬਰ ਹੈ ਹੀ ਨਹੀਂ ਇੱਥੇ ਲੋਕਲ, ਸਾਰੇ ਬਾਹਰਲੇ ਨੰਬਰ ਨੇ ਗੱਡੀਆਂ ਦੇ, ਕੋਈ ਨਵੇਂ ਸ਼ਹਿਰ, ਕੋਈ ਜਲੰਧਰ, ਕੋਈ ਦਿੱਲੀ, ਹਨਾ। ਤੇ ਇਹ ਰਾਹ ਹੁਣ ਤੁਹਾਨੂੰ ਸਮਝਾਤਾ, ਸੈਲਫ ਵਾਲਾ ਪਰਾਂ ਦੀ ਸੀ, ਇਹ ਬੱਸਾਂ ਵਾਲਿਆਂ ਵਾਸਤੇ। ਹੰਡਿਆਏ ਉਤਰੋ, ਹੰਡਿਆਏ ਤੋਂ ਆਟੋ ਲੈ ਕੇ 20 ਰੁਪਏ 'ਚ ਗੁਰਦੁਆਰਾ ਸਾਹਿਬ ਆ ਜਾਓ। ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਇਹ ਸਾਰਾ ਗੁਰਦੁਆਰਾ ਸਾਹਿਬ। ਲਓ ਜੀ, ਗੁਰਦੁਆਰਾ ਅੜੀਸਰ ਸਾਹਿਬ ਦੇ ਆਪਾਂ ਬਾਜ਼ਾਰ ਦੇ ਵਿੱਚ ਪਹੁੰਚ ਗਏ ਹਾਂ, ਠੀਕ ਆ। ਅੱਜ ਅਸੀਂ ਵੀਡੀਓ ਤਾਂ ਬਣਾਉਣ ਆਏ ਕਿਉਂਕਿ ਅੱਜ ਜਿਹੜਾ ਇਕੱਠ ਆ ਨਾ, ਇਕੱਠ ਵੀ ਬਹੁਤ ਘੱਟ ਆ ਅੱਜ, ਕਿਉਂਕਿ ਜਿਹੜੀ ਸੰਗਤ ਜ਼ਿਆਦਾ ਢੁੱਕਦੀ ਆ ਨਾ, ਉਹ ਐਤਵਾਰ ਨੂੰ ਢੁੱਕਦੀ ਆ, ਠੀਕ ਆ। ਨਹੀਂ, ਲੋਕ ਇੱਥੇ ਆਈ ਜਾਂਦੇ ਨੇ, ਮੁੜੀ ਜਾਂਦੇ ਨੇ, ਆਈ ਜਾਂਦੇ ਨੇ, ਮੁੜੀ ਜਾਂਦੇ ਨੇ, ਐਤਵਾਰ ਨੂੰ ਐਡੀ ਲੰਬੀ ਲਾਈਨ ਲੱਗ ਜਾਂਦੀ ਆ ਕਿ ਸਾਡੇ ਕੋਲੋਂ ਵੀਡੀਓ ਨਹੀਂ ਬਣਨੀ ਸੀ, ਠੀਕ ਆ। ਐਤਵਾਰ ਨੂੰ ਕਹਿੰਦੇ 50,000 ਪਲੱਸ ਬੰਦਾ ਹੁੰਦਾ, 1,00,000 ਦੇ ਨੇੜੇ ਤੇੜੇ। ਇਹ ਇੱਥੋਂ ਦਾ ਬਾਜ਼ਾਰ ਆ ਫਿਲਹਾਲ, ਇੱਧਰਲੇ ਪਾਸੇ ਵੀ ਗੱਡੀਆਂ ਦੀ ਪਾਰਕਿੰਗ ਆ, ਇੱਥੇ ਵੀ ਮੋਟਰਸਾਈਕਲ ਖੜ੍ਹੇ ਨੇ, ਠੀਕ ਆ। ਉੱਧਰ ਵੀ ਅੱਗੇ ਪਿੱਛੇ ਜਾ ਕੇ ਬਾਜ਼ਾਰ ਰੈਡੀ ਹੰਡਿਆਏ ਨੂੰ ਰੋਡ ਜਾਂਦਾ। ਅਤੇ ਇਹ ਆ ਜੀ ਮੇਨ ਗੇਟ, ਗੇਟ ਹੁਣ ਉੱਚਾ ਕਰਤਾ, ਜਦੋਂ ਪਿਛਲੀ ਵਾਰੀ ਅਸੀਂ ਆਏ ਸੀ ਨਾ ਤਾਂ ਇੱਥੇ ਗੇਟ ਨਹੀਂ ਬਣਿਆ ਹੋਇਆ ਸੀ, ਅਤੇ ਉੱਪਰ ਇਤਿਹਾਸ ਵੀ ਲਿਖਿਆ ਹੋਇਆ, ਠੀਕ ਆ, ਕੈਮਰੇ ਕੂਮਰੇ ਲੱਗੇ ਨੇ, ਅਤੇ ਇੱਧਰਲੇ ਪਾਸੇ ਵੀ ਇਤਿਹਾਸ ਲੱਗਿਆ ਹੋਇਆ, ਸੋਹੀਆਣਾ ਸਾਹਿਬ ਦਾ, ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ। ਅਤੇ ਇਹ ਜਿਹੜਾ ਬੋਰਡ ਲੱਗਿਆ ਹੋਇਆ ਗੁਰਦੁਆਰਾ ਸੋਹੀਆਣਾ ਸਾਹਿਬ ਦਾ ਲੱਗਿਆ ਹੋਇਆ ਜੀ, ਅਤੇ ਇਸ ਟਾਈਮ ਆਪਾਂ ਖੜ੍ਹੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਦੇ ਵਿੱਚ। ਅਤੇ ਅੱਜ ਹੈਗਾ ਜੀ ਸ਼ਨੀਵਾਰ, ਸ਼ਨੀਵਾਰ ਨੂੰ ਥੋੜ੍ਹਾ ਜਿਹਾ ਇਕੱਠ ਘੱਟ ਆ, ਐਤਵਾਰ ਨੂੰ ਕਹਿੰਦੇ ਬਹੁਤ ਜ਼ਿਆਦਾ ਇਕੱਠ ਹੁੰਦਾ, ਜਿਵੇਂ ਕਿ ਤੁਹਾਨੂੰ ਆਪਾਂ ਪਹਿਲਾਂ ਦੱਸਿਆ, ਠੀਕ ਆ। ਅਤੇ ਜਿਹੜੀ ਇੱਧਰ ਤੁਸੀਂ ਸਮਾਧ ਦੇਖ ਰਹੇ ਹੋ ਨਾ, ਇੱਥੇ ਲਾਈਨ ਲੱਗੀ ਹੋਈ ਆ, ਇਹ ਸਮਾਧ ਉਹਨਾਂ ਸੰਤਾਂ ਦੀ ਆ ਜਿਨ੍ਹਾਂ ਨੇ ਇਹ ਸਥਾਨ ਪ੍ਰਗਟ ਕੀਤਾ ਸੀ, ਜਾਂ ਜਿਨ੍ਹਾਂ ਨੇ ਇਹ ਮਤਲਬ ਸਥਾਨ ਨੂੰ ਬਣਾਉਣ ਦੀ ਸੇਵਾ ਲਈ ਸੀ, ਠੀਕ ਆ ਜੀ। ਇਹ ਸਥਾਨ ਉਹਨਾਂ ਦਾ ਜੀ, ਇੱਧਰ ਲਾਈਨ ਲੱਗੀ ਹੋਈ ਆ ਜੀ ਉਹਨਾਂ ਦੇ ਤਪ ਸਥਾਨ ਦੇ ਵਿੱਚ ਮੱਥਾ ਟੇਕਣ ਵਾਸਤੇ। ਆਪਾਂ ਇਹ ਮੱਥਾ ਟੇਕਦੇ ਨਾਲ ਹੀ ਅੰਦਰੋਂ ਤੁਹਾਨੂੰ ਦਰਸ਼ਨ ਮੇਲਾ ਕਰਵਾਉਂਦੇ ਹਾਂ। ਅਤੇ ਲਓ ਜੀ, ਇੱਧਰਲੇ ਪਾਸੇ ਹੁਣ ਦੀਵਾਨ ਹਾਲ ਨਵਾਂ ਹੀ ਬਣ ਰਿਹਾ, ਠੀਕ ਆ। ਇੱਧਰ ਹੀ ਦਰਬਾਰ ਹਾਲ ਆ, ਅਤੇ ਪਿਛਲੀ ਵਾਰੀ ਜਦੋਂ ਆਪਾਂ ਆਏ ਸੀ ਤਾਂ ਇੱਥੇ ਪਰਦੇ ਪੁਰਦੇ ਲੱਗੇ ਹੋਏ ਸੀ, 2 ਕੁ ਮਹੀਨੇ ਪਹਿਲਾਂ ਦੀ ਗੱਲ ਆ, ਹੈ ਨਾ। ਅਤੇ ਹੁਣ ਇੱਧਰਲੇ ਪਾਸੇ ਨਵੀਂ ਉਸਾਰੀ ਚੱਲ ਰਹੀ, ਕਿਉਂਕਿ ਸੰਗਤਾਂ ਦਾ ਇਕੱਠ ਜਿਹੜਾ ਹੈਗਾ ਜੀ ਉਹ ਵਧਣ ਲੱਗ ਗਿਆ। ਅੱਜ ਇਕੱਠ ਤਾਂ ਘੱਟ ਆ, ਅਸੀਂ ਤਾਂ ਹੀ ਪਤਾ ਕਰਕੇ ਫਿਰ ਵੀਡੀਓ ਬਣਾਉਣ ਆਏ ਸੀ, ਠੀਕ ਆ। ਜੇ ਤੁਸੀਂ ਕਹੋਗੇ ਤਾਂ ਇਕੱਠ ਦੇਖਣਾ ਚਾਹੁੰਦੇ ਹੋ, ਭਾਈ ਐਤਵਾਰ ਦੀ ਵੀਡੀਓ ਵੀ ਬਣਾ ਦਾਂਗੇ, ਪਰ ਉਦੋਂ ਵੀਡੀਓ ਦੇ ਵਿੱਚ ਰੌਲਾ ਰੱਪਾ ਇੰਨਾ ਹੋਣਾ ਕਿ ਵੀਡੀਓ ਸਾਫ਼ ਨਹੀਂ ਬਣਨੀ, ਤਾਂ ਕਰਕੇ ਤੁਹਾਨੂੰ ਆਪਾਂ ਦਰਸ਼ਨ ਮੇਲਾ ਘੱਟ ਮਤਲਬ ਜਿੱਦੇ ਸੰਗਤ ਆ ਉਦੇ ਕਰਵਾਉਣ ਆਏ ਹਾਂ, ਠੀਕ ਆ। ਅਤੇ ਪਹਿਲਾਂ ਜੋੜਾ ਘਰ ਇੱਧਰਲੇ ਪਾਸੇ ਹੁੰਦਾ ਸੀ, ਹੁਣ ਜੋੜਾ ਘਰ ਬਾਹਰ ਹੋ ਗਿਆ, ਠੀਕ ਆ। ਤਾਂ ਇੱਧਰਲੇ ਹੁਣ ਮਤਲਬ ਇਹਦੀ ਚਾਰ ਦੀਵਾਰੀ ਵੀ ਜਿਹੜੀ ਹੈਗੀ ਨਾ, ਹੌਲੀ ਹੌਲੀ ਗੁਰਦੁਆਰਾ ਸਾਹਿਬ ਦੀ ਵਧੀ ਜਾਂਦੀ ਆ। ਅਤੇ ਜਿਹੜਾ ਹੁਣ ਤੁਸੀਂ ਆਹ ਸਾਹਮਣੇ ਇਕੱਠ ਦੇਖ ਰਹੇ ਹੋ ਨਾ, ਇਕੱਠ ਦਾ ਕੀ ਕਹਿਣਾ, ਢੇਰੀ ਦੇਖ ਰਹੇ ਹੋ ਜਿਹੜੀ, ਇਹ ਭਾਈ ਡੱਬਿਆਂ ਦੀ ਆ। ਇਹ ਉਹ ਡੱਬੇ ਨੇ ਜਿਨ੍ਹਾਂ ਦੇ ਸੁੱਖਾਂ ਪੂਰੀਆਂ ਹੋਈਆਂ ਨੇ ਅਤੇ ਉਹਨਾਂ ਨੇ ਖੁਸ਼ੀ 'ਚ ਚਾੜੀਆਂ ਨੇ। ਅਤੇ ਇਹ ਸਾਰਾ ਤੁਸੀਂ ਆਪ ਹਿਸਾਬ ਲਾ ਲਓ ਵੀ ਇੰਨਾ ਕੁ ਡੱਬਾ ਇੱਥੇ ਇੱਕ ਦਿਨ ਦੇ ਵਿੱਚ ਚੜ੍ਹ ਜਾਂਦਾ, ਅਤੇ ਕਿੰਨੇ ਕੁ ਲੋਕ ਤੜਕੇ ਆ ਕੇ ਇੱਥੇ ਮੱਥਾ ਟੇਕ ਕੇ ਗਏ ਹੁਣ। ਇਹ ਆਹ ਮਿਠਾਈ ਵਾਲੇ ਡੱਬਿਆਂ ਦੀਆਂ ਢੇਰੀਆਂ ਨੇ। ਅਤੇ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਜਿਹੜਾ, ਹੁਣੇ ਮਤਲਬ ਬਣ ਕੇ ਹੌਲੀ ਹੌਲੀ ਤਿਆਰ ਵੀ ਹੋ ਰਿਹਾ। ਅਤੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਆ ਜੀ, ਠੀਕ ਆ। ਅਤੇ ਬਾਕੀ ਤੁਹਾਨੂੰ ਆਪਾਂ ਦਰਸ਼ਨ ਮੇਲਾ ਹੁਣ ਅੰਦਰ ਜਾ ਕੇ ਹੋਰ ਕਰਵਾ ਦਿੰਦੇ ਹਾਂ, ਠੀਕ ਆ। ਪਹਿਲਾਂ ਇੱਥੇ ਕਾਊਂਟਰ ਬਣਿਆ ਹੁੰਦਾ ਸੀ ਜਿੱਥੇ ਕਿ ਅਰਦਾਸ ਵਾਸਤੇ ਲਾਈਨ ਲੱਗਦੀ ਹੁੰਦੀ ਸੀ, ਉਹ ਵੀ ਕਾਊਂਟਰ ਸ਼ਾਇਦ ਚੇਂਜ ਹੋ ਗਿਆ, ਉਹ ਵੀ ਤੁਹਾਨੂੰ ਆਪਾਂ ਹੁਣ ਨਵਾਂ ਦਿਖਾ ਦਿੰਦੇ ਕੀ ਹਿਸਾਬ ਕਿਤਾਬ ਆ। ਪਰਲੇ ਪਾਸੇ ਕਹਿੰਦੇ ਰਿਹਾਇਸ਼ ਦਾ ਪ੍ਰਬੰਧ ਵੀ ਹੈ, ਜੇ ਸੰਗਤ ਦੂਰੋਂ ਆਉਂਦੀ ਹੈ ਤਾਂ ਰਹਿ ਸਕਦੀ ਆ, ਇਹ ਵੀ ਨਹੀਂ ਹੈਗੀ ਵੀ ਹਜ਼ਾਰਾਂ ਦੀ ਸੰਗਤ ਮਤਲਬ ਇੱਥੇ ਰਹਿ ਸਕਦੀ ਆ, ਥੋੜ੍ਹੇ ਮੋਟੇ ਬੰਦਿਆਂ ਦੇ ਰਹਿਣ ਦਾ ਇੰਤਜ਼ਾਮ ਤਾਂ ਇੱਥੇ ਹੈਗਾ ਹੀ ਆ। ਅਤੇ ਇੱਧਰਲੇ ਪਾਸੇ ਜੀ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਲੱਗਿਆ ਹੋਇਆ, ਠੀਕ ਆ। ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ, ਬਾਕੀ ਤੁਹਾਨੂੰ ਆਪਾਂ ਸੰਖੇਪ ਦੇ ਵਿੱਚ ਦੱਸ ਦਿੰਦੇ, ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾ ਦਿੰਦੇ ਹਾਂ, ਠੀਕ ਆ ਜੀ। ਕਿਉਂਕਿ ਕਿਸੇ ਟਾਈਮ ਜਿਹੜੀ ਜਗ੍ਹਾ 'ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾ, ਇਹ ਮੁਸਲਮਾਨਾਂ ਦੀ ਜਗ੍ਹਾ ਹੁੰਦੀ ਸੀ, ਅਤੇ ਮੁਸਲਮਾਨਾਂ ਦੇ ਇੱਥੇ
ਤੇ ਗੁਰਦੁਆਰਾ ਅੜੀਸਰ ਸਾਹਿਬ ਦੀ ਮੇਨ ਬਿਲਡਿੰਗ ਆ, ਮੇਨ ਦਰਬਾਰ ਹਾਲ ਆ ਜੀ ਇੱਥੇ। ਤੁਹਾਨੂੰ ਅੰਦਰ ਜਾ ਕੇ ਦਰਸ਼ਨ ਮੇਲਾ ਕਰਵਾ ਦਿੰਦੇ ਹਾਂ, ਪਾਠ ਚੱਲ ਰਿਹਾ ਉਧਰਲੇ ਪਾਸੇ, ਮਤਲਬ ਅਰਦਾਸਾਂ ਹੁੰਦੀਆਂ ਨੇ ਉਹਨਾਂ ਦੀਆਂ, ਉਹ ਚੱਲ ਤੁਹਾਨੂੰ ਪਹਿਲਾਂ ਅੰਦਰੋਂ ਦਰਸ਼ਨ ਕਰਵਾਉਣ ਤੋਂ ਬਾਅਦ ਉਹ ਚੀਜ਼ ਬਾਰੇ ਤੁਹਾਨੂੰ ਆਪਾਂ ਦੱਸਦੇ ਹਾਂ ਜਿਹੜੀ ਸਾਈਡ 'ਤੇ ਆ। इतिहास के मुताबिक यह जगह कदे मुसलमाना दी हुंदी सी, ते मुसलमाना दे इत्थे तंबाकू दे खेत हुंदे ने। गुरु साहब जी घोड़े दे उत्ते आउंदे ने तां उहनां दा घोड़ा अड़ी पै जांदा कि तंबाकू दे खेतां विच दी नहीं लंघदा। फिर गुरु साहब कहिंदे ने कि जिवें तंबाकू दे खेतां नूं देख के घोड़ा अड़ी पै गया, भी खेतां विच दी नहीं लंघ रिहा, तां उवें ही इत्थे लोकां दे अड़े हुए काम सिद्ध होया करनगे। ठीक है जी। ते बाकी उहनां ने इह भी वचन कीते सी कि इह एरिया कदे जिहड़े मुसलमान इत्थे अज रहि रहे ने, तंबाकू दी खेती कर रहे ने, इह भी किसे टाइम गुरु घर दे सिख होणगे। तां गुरु साहब दे वचनां दे नाल उवें अज इत्थे अड़े हुए काम लोगों के सिद्ध हो रहे हैं, क्योंकि गुरु साहब का घोड़ा भी इतने अड़ी पै गया तंबाकू के खेत देख के। हुण तुसीं इधरले पासे देख रहे हो कि इधरले पासे ना संगत खड़ी, आपां नेड़े नहीं जाते क्योंकि अरदास हो रही है। इत्थे संगतां जिहड़ियां हुंदियां ने लिस्ट के विच आपका नाम लिखा के आपकी सुख शांति वास्ते अड़े हुए कामों वास्ते अरदास करवाउंदी है जी। इधरले पासे गुरद्वारा साहब की बिल्डिंग है, ठीक है जी। तो जिहड़ी संगत बाहर बैठी है ना, बाहरली संगत ने अरदास करवाउणी है। इधरले पासे ना शैड बने हुए ने, शैड के थले ना नाम लिखा जाता, ठीक है। उहदी भेटा कोई नहीं लगती, बस तुसीं आपदा नाम लिखाओ, जदों अरदास होगी तो वह अरदास दे विच तुहाडा नाम जिहड़ा हैगा जी वह बोल दिता जाऊगा। उत्थे रजिस्टर पिया, इत्थे संगत बैठी है ना सामने, इत्थे इत्थे तुसीं आपदा नाम लिखाओ। बाहरली संगत ने भी लिखाउणा तां फोन करके लिखा सकती आ, फोन नंबर तुहानूं हजे कोई कन्फर्म नहीं हैगा, तो पुछ के आपां दस्सांगे जे कोई पुछ के भी मतलब अरदास करवा सकते होए। तो आ इत्थे एक कापी लगी हुई है जिन्होंने अरदास करवानी होंदी है ना, वो आपके मैंबर के नाम जां आपके नाम दसी आते हैं, फिर यह लिस्ट अगे पहुँच जाती है, फिर उत्थे अरदास होंदी। आपां इन्हां तों होर भी गलबात पुछदे आ हुण। तो इधरले पासे भाई सरोवर बनया होया, इधरले पासे सरोवर बनया होया, तो संगतां इत्थे भाई स्नान पानी भी करदियां ने, मतलब दुख रोग कट्टे जाण। ये सारी महानता ही इस गुरु घर दे नाल जुड़ी हुई है, चाहे तुसीं इत्थे आ के अरदास करो, चाहे पंज स्नान करो, चाहे तुसीं जे कोई बच्चों के है ना हाथ पैर बींगे ने जां किवें भी तुसीं इत्थे आके उन्हां दे मतलब उन्हां नूं स्नान पानी करवाउणे तां उहदे नाल भी इत्थों की महानता मन्नी गई है कि बच्चे जिहड़े हैगे ने ठीक हुंदे ने। ते हुण आपां इत्थों लै लईए प्रसाद, प्रसाद लैण तों बाद फिर आपां भाई लंगर पानी इत्थे छकांगे। ते इधरले पासे लंगर हाल आ जी, आपां भी हुण प्रसादा पानी इत्थे छक लईए, ठीक है। ऐतवार नूं लैके की माहौल है इत्थे वी तुहानूं दस्सदे आ हुण आपां। तो जी गुरद्वारा अड़ीसर साहब के सोनू दर्शन करवाए ने। एक चीज़ सोनू मैं होर दस दिना कि इत्थे असी गल की उन्होंने बंदियां दे नाल, जिहड़ी बाहरली संगत इत्थे मत्था टेकना चाहुंदी आ ना, तां उह फोन दे उत्ते इत्थे कोई भी नंबर नहीं हैगा, फोन दे उत्ते अरदास नहीं करवा सकते, ठीक है। जे तुसीं कहोगे भी असीं बाहर बैठे हाँ भाई साडा काम कोई अड़िया होया फसया होया, असीं फोन ते अरदास करवा दीए, फोन ते अरदास नहीं करवा सकते। हाँ ये तुसीं जरूर कर सकते हो भाई, इत्थे आपदे किसी जान पछाण वाले बंदे हाथ आपदे नामां दी लिस्ट भेज दो, वह इत्थे नाम लिख देणगे, ठीक है। वह नाम लिखण तो बाद फिर थोड़ी जिहड़ी अरदास हैगी है जी वह कर देणगे, ठीक है। तो एक गल इन्हां ने होर कही आ कि वह लिस्ट का जिहड़ा नाम हैगा ना ऐतवार नूं नहीं लिखा जांदा, क्योंकि ऐतवार नूं बहुत ही नजायज़ इकट्ठ हुंदा इत्थे, ठीक है। ऐतवार को सिर्फ उन्होंने बंदों के नाम लिखे जाते हैं जिहड़े इत्थे आके अरदास करवाना चाहते हैं, लाइव मतलब आपका नाम लिखाते हैं। जे तुसीं पर्चियां भेजनियां ने जां किसी के हाथ नाम भेजने ने, ठीक है, उहदे वास्ते तुहानूं की करना पऊगा, सोमवार तो लैके शनिवार तक किसी भी बंदे दे हाथ आपके नाम भेज दो, आपका कोई एड्रैस या कुछ भी मतलब तुसीं अरदास दे विच लिखाउणा चाहुंदे हो वह लिखा के इत्थे तुसीं अरदास करवा सकते हो, ठीक है। भेटा कोई नहीं हैगी, पैसा कोई नहीं लगता अरदास करवाई का। हाँ तुसीं इत्थे आके कोई खंड पाठ की शरदा या कोई भी तुसीं प्रोग्राम करवाउणा चाहुंदे हो ना गुरद्वारा साहब दे विच पाठ रखाउणा या वैसे कोई शरदा भावना दे नाल मत्था टेकना वह तुसीं टेक सकते हो। जिवें असीं तुहानूं पिछले वीडियो भी दिखाया, लोग आउंदे ने आपदा नाम लिखा के चले जाते हैं, फिर अरदास होंदी है इकट्ठी, अरदास दे विच शामिल हो जाओ, उत्थे नाम बोले जाणगे ते अरदास तुहाडी जिहड़ी हैगी आ शरदा भावना दे नाल करवाउणे हो तां प्रवान हो जाती है, ठीक है। यही है वीडियो दे विच बाहरली संगत वास्ते सी इह संदेश कि उह ऑनलाइन मतलब फोन दे उत्ते आपदा नाम लिखा के अरदास नहीं करवा सकते। तो नवीं वीडियो दे नाल कल नूं फिर हाजिर होवांगे, वीडियो नूं वधो वध शेयर कर दिओ। वाहिगुरू जी का खालसा, वाहिगुरू जी की फतेह।